ਨਾਨਕ ਸ਼ਾਹੀ ਕੈਲੰਡਰ ਬਾਰੇ ਉਹਦੇ ਵਾਸਤੇ ਸਾਡੇ ਕੋ ਪੰਥ ਦੇ ਮਹਾਨ ਵਿਦਵਾਨ ਪਾਲ ਸਿੰਘ ਪੁਰੇਵਾਲ ਤੋਂ ਬਾਅਦ ਜਿਹੜੀ ਇਹ ਮਿਸਾਲ ਸਾਂਭੀ ਆ ਜਿਹੜੀ ਨਾਨਕ ਸ਼ਾਹੀ ਕੈਲੰਡਰ ਮੂਲ ਨਾਨਕ ਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਵਾਲਾ ਭਾਜੀ ਸਾਡੇ ਵੱਡੇ ਵੀਰ ਸਰਬਜੀਤ ਸਿੰਘ ਸੈਕਰਮੈਂਟੋ ਜੋ ਕਿ ਬਹੁਤ ਸਮੇਂ ਤੋਂ ਨਾਨਕ ਸ਼ਾਹੀ ਕੈਲੰਡਰ ਦੇ ਉੱਪਰ ਕੰਮ ਕਰ ਰਹੇ ਆ ਨਾਨਕ ਸ਼ਾਹੀ ਕੈਲੰਡਰ ਤੇ ਗੱਲ ਕਰਦੇ ਜਦੋਂ ਆਪਾਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਸਵੇਂ ਪਾਤਸ਼ਾਹ ਦਾ ਜਿਹੜਾ ਜਨਮ ਆ ਉਹ ਕਈ ਵਾਰ ਤਾਂ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੈਲੰਡਰ ਬਣਾਇਆ ਉਹਦੇ ਵਿੱਚ ਸਾਲ 'ਚ ਦੋ ਵਾਰ ਆ ਜਾਂਦਾ ਕਈ ਵਾਰ ਇੱਕ ਵਾਰ ਆਉਂਦਾ ਤੇ ਕਈ ਵਾਰ ਆਉਂਦਾ ਹੀ ਨਹੀਂ ਸੋ ਉਹਦੇ ਉੱਪਰ ਸਾਨੂੰ ਭਾਜੀ ਸਰਬਜੀਤ ਸਿੰਘ ਸੈਕਰਾਮੈਂਟੋ ਆਪਣੀ ਜਿਹੜੀ ਚ ਸਮੱਸਿਆ ਆ ਰਹੀਆਂ ਆ ਕੀ ਸਮੱਸਿਆਵਾਂ ਆ ਕਿਹੜੇ ਕਿਡੀਆਂ ਰਕਾਵਟਾਂ ਆ ਜਿਹੜਾ ਇਹ ਕੈਲੰਡਰ ਲਾਗੂ ਨਹੀਂ ਹੋ ਰਿਹਾ ਉਹਦੇ ਬਾਰੇ 20 ਮਿੰਟ ਵਿੱਚ ਤੁਹਾਨੂੰ ਸਾਰਾ ਐਕਸਪਲੇਨ ਕਰਨਗੇ ਹਾਂਜੀ ਭਾਜੀ ਸਭਜੀ ਜੀ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ satsangat ji ਮਰੇ ਵੀਰ ਨੇ ਸਵਾਲ ਬਹੁਤ ਵੱਡਾ ਪਾਤਾ ਪਰ ਮੈਂ ਸਾਰੇ ਨੂੰ ਕਵਰ ਨਹੀਂ ਕਰ ਸਕੂਗਾ ਕਿਉਂਕਿ ਸਮਾਂ ਬਹੁਤ ਸੀਮਤ ਹੈ ਦੋ ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ ਜਿਹੜੇ ਤੁਹਾਡੇ ਦਿਮਾਗ 'ਚ ਵੀ ਹੋਣਗੇ ਤੇ ਪਿਛਲੇ 10 12 ਸਾਲ ਦਾ ਜਿਹੜਾ ਮੇਰਾ ਤਜਰਬਾ ਪਤਾ ਨਹੀਂ ਕਿੰਨੇ ਆリエ ਇਹਦੇ ਜਵਾਬ ਦੇ ਚੁੱਕੇ ਆ ਪਰ ਫੇਰ ਉਹੀ ਆਉਂਦੇ ਆ ਇੱਕ ਸਵਾਲ ਇਹ ਆ ਵੀ ਇਹਦੀ ਲੋੜ ਕੀ ਸੀ ਔਰ ਕਈ ਤਾਂ ਇਦਾਂ ਦੇ ਵੀ ਵਿਦਵਾਨ ਹੈਗੇ ਆ ਉਹ ਪੰਜਾਬੀ ਦਾ ਲਬਜ ਵੀ ਵਰਤਦੇ ਆ ਪੰਗਾ ਲੈਣ ਦੀ ਲੋੜ ਕੀ ਸੀ ਤੇ ਦੂਜਾ ਸੰਗਤਾਂ ਨੂੰ ਗਮਰਾਹ ਕਰਨ ਦੇ ਲਈ ਇਹ ਪ੍ਰਚਾਰ ਕੀਤਾ ਜਾਂਦਾ ਕਿ ਸੰਗਰਾਂਦਾਂ ਬਦਲ ਦਿੱਤੀਆਂ ਜਾਂ ਇਤਿਹਾਸ ਬਦਲ ਦਿੱਤਾ ਮੈਂ ਇੰਨੇ ਕੁ ਦਾਰੇ ਚ ਰਹਿ ਕੇ ਬੀਹਾਂ ਮਿੰਟਾਂ ਚ ਜਿੰਨੀ ਗੱਲ ਤੁਹਾਡੇ ਨਾਲ ਕਰ ਸਕਿਆ ਉਹ ਕਰਦਾ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੀ ਇਹ ਸਮੱਸਿਆ ਹੈਗੀ ਆ ਇਹਦਾ ਜ਼ਿਕਰ 1912 ਦੇ ਵਿੱਚ ਕਰਮ ਸਿੰਘ ਸਟੋਰੀਨ ਨੇ ਕੀਤਾ ਸੀ ਸਾਲ ਹੁਣ ਤੁਸੀਂ ਗਿਣੀ ਚੱਲਿਓ ਵੀ ਕਿੰਨੇ ਹੋ ਗਏ ਆ ਜਿਹੜੇ ਕਹਿੰਦੇ ਨਾ ਵੀ ਅੱਜ ਕੀ ਲੋੜ ਸੀ 1912 ਚ ਇਹਦਾ ਕਰਮ ਸੰਗ ਸਟੋਰੀਨ ਨੇ ਜ਼ਿਕਰ ਕੀਤਾ ਸੀ ਪ੍ਰਿੰਸੀਪਲ ਸਾਫ ਸੰਗ ਹੋਣਾ ਨੇ ਇਹਦਾ ਜ਼ਿਕਰ ਕੀਤਾ ਸਮੱਸਿਆ ਦਾ ਸਰਦਾਰ ਕਪੂਰ ਸਿੰਘ ਦਾ ਇੱਕ ਲੇਖ ਆ ਸਮਤਾਬਲੀ ਉਹਨਾਂ ਦੀ ਕਿਤਾਬ ਹੈਗੀ ਆ ਉਹਦਾ ਮੈਂ ਨਾਂ ਹੋਰ ਈ ਤਰ੍ਹਾਂ ਦਾ ਮੇਰੇ ਦਿਮਾਗ 'ਚ ਨਹੀਂ ਚੜਦਾ 15 ਰੀਕ ਉਹਦੇ ਵਿੱਚ ਬਹੁਤ ਵੱਡਾ ਲੇਖ ਆ ਲੰਬਾ ਚੌੜਾ ਕਾਫੀ ਉਹਦੇ 'ਚ ਹੋਰ ਵੀ ਜਾਣਕਾਰੀ ਆ ਜਦ ਮੈਂ ਪੜਿਆ ਉਹਨੂੰ ਮੈ ਹੈਰਾਨੀ ਹੋਈ ਉਹਦੇ ਚਾਹ ਸਮੱਸਿਆ ਦਾ ਜ਼ਿਕਰ ਆ ਜਿਹੜੀ ਕੈਲੰਡਰ ਦੀ ਸਮੱਸਿਆ ਗੁਰਪਰਨਾਲੀਆਂ ਦੇ ਵਿੱਚ ਰਣਜੀਤ ਸਿੰਘ ਉਹਨਾਂ ਦਾ ਆਉਂਦਾ ਨਾਮ ਭਾਈ ਰਣਜੀਤ ਸਿੰਘ ਰਿਸਰਚ ਸਕਾਲਰ ਉਹਨਾਂ ਨੇ ਉਹਦਾ ਜ਼ਿਕਰ ਕੀਤਾ ਇਹ ਦੱਸਣ ਦਾ ਭਾਵ ਇਹ ਸੀ ਕਿ ਇਹ ਸਮੱਸਿਆ ਸਾਡੀ ਬਹੁਤ ਪੁਰਾਣੀ ਆ ਦਿਸੇ ਉਹਨਾਂ ਨੂੰ ਆ ਜਿਨ੍ਹਾਂ ਨੂੰ ਥੋੜੀ-ਬਹੁਤੀ ਇਸ ਵਿਸ਼ੇ ਦੀ ਸਮਝ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੈਲੰਡਰ ਹੈਗਾ ਕੀ ਆ ਜਿਹੜਾ ਕੈਲੰਡਰ ਹੈ ਉਹ 1 ਸਾਲ ਦਾ ਹਿਸਾਬ ਕਿਤਾਬ ਆ ਆਪਾਂ ਸਾਰੇ ਹੀ ਵਰਤਦੇ ਆਂ ਹਰ ਸਾਲ ਆਪਾਂ ਨਵਾਂ ਲਿਆਉਂਦੇ ਆਂ ਕੈਲੰਡਰ ਕਹ ਲਓ ਜੰਤਰੀ ਕਹ ਲਓ ਡੈਰੀ ਕਹ ਲਓ ਨਵੀਂ ਲਿਆਉਂਦੇ ਆ। ਹੈਗੀ ਕੀ ਆ? ਉਹਦੇ ਚ 1 ਸਾਲ ਦੇ ਸਮੇਂ ਦੇ ਵਿੱਚ ਇੱਕ ਦਿਨ ਹੁੰਦੇ ਆ ਕੈਲੰਡਰ ਚ ਇੱਕ ਮਹੀਨੇ ਹੁੰਦੇ ਆ ਇੱਕ ਹੈਗਾ ਆ ਸਾਲ ਆ। ਦਿਨ ਕੀ ਆ? ਦਿਨ ਹੈ ਜਦੋਂ ਧਰਤੀ ਨੇ ਆਪਣੇ ਤੁਰੇ ਦੇ ਦੁਆਲੇ ਇੱਕ ਚੱਕਰ ਪੂਰਾ ਕਰ ਲਿਆ। ਇਹਨੂੰ ਲੱਗਦਾ 24 ਘੰਟੇ ਦਾ ਸਮਾਂ ਆ ਆਪਾਂ ਰੋਜ਼ ਜਿਹੜੀਆਂ ਘੜੀਆਂ ਵਰਤਦੇ ਆਂ। ਮਹੀਨੇ ਇਨਸਾਨ ਨੇ ਵਿਦਵਾਨਾਂ ਨੇ 2000 ਸਾਲ 3000 ਸਾਲ ਪੁਰਾਣੀਆਂ ਸਿਆਣੀਆਂ ਨੇ ਉਹਦੀ ਵੰਡ ਕੀਤੀ ਆ ਵੀ ਇਹਨੂੰ ਕਿਵੇਂ ਕਿਵੇਂ ਵੰਡ ਕਰਨਾ ਨਾਂ ਰੱਖਣੇ 12 ਮਹੀਨਿਆਂ ਦੇ ਵਿੱਚ ਸਾਲ ਵੰਡ ਲਿਆ ਬਾਣੀ ਦੇ ਵਿੱਚ ਵੀ 12 ਮਹੀਨਿਆਂ ਦਾ ਜ਼ਿਕਰ ਆਉਂਦਾ ਜਿਹੜਾ ਸਾਲ ਆ ਸਾਲ ਹੈਗਾ ਆ ਧਰਤੀ ਦਾ ਸੂਰਜ ਦੁਆਲੇ ਇੱਕ ਚੱਕਰ ਇਹਦੇ 'ਚ ਕਿਸੇ ਨਾਂ ਵੀ ਤੁਹਾਡੇ ਜਿੰਨੇ ਇੱਥੇ ਆ ਜਾਂ ਬਾਕੀ ਸਾਰੇ ਸੁਣ ਹੋ ਰਿਹਾ ਜਿੱਥੇ ਤੁਸੀਂ ਜਾਂ ਬਾਅਦ ਸੁਣਨਾ ਇੱਥੇ ਤੱਕ ਸਾਰੇ ਸਹਿਮਤ ਹੋਣਗੇ ਕਿ ਸਾਲ ਦੀ ਡੈਫੀਨੇਸ਼ਨ ਤੇ ਇੰਨੀ ਆ ਨਾ ਧਰਤੀ ਦਾ ਸੂਰਜ ਦੁਆਲੇ ਇੱਕ ਚੱਕਰ ਧਰਤੀ ਸੂਰਜ ਦੁਆਲੇ ਘੁੰਮਦੀ ਆ ਮੰਨ ਲਿਆ ਆਪਾਂ ਵੀ ਇਹ ਸੂਰਜ ਆ ਤੇ ਧਰਤੀ ਨੇ 360 ਡਿਗਰੀ ਦਾ ਚੱਕਰ ਸੂਰਜ ਦੁਆਲੇ ਪੂਰਾ ਕਰ ਲਿਆ ਇਸ ਸਮੇਂ ਦੇ ਵਿੱਚ ਇਸ ਧਰਤੀ ਦੇ ਉੱਤੇ ਰੁੱਤਾਂ ਬਦਲਦੀਆਂ ਇਸ ਸਮੇਂ ਦੇ ਮੁਤਾਬਕ ਇਸ ਧਰਤੀ ਦੇ ਉੱਤੇ ਸਾਲ 'ਚ ਦੋ ਵਾਰੀ ਦਿਨ ਤੇ ਰਾਤ ਬਰਾਬਰ ਹੁੰਦੇ ਆ ਸਾਰਿਆਂ ਨੂੰ ਪਤਾ ਮਾਰਚ ਦੇ ਵਿੱਚ ਤੇ ਸਤੰਬਰ ਚ ਮਈ ਚਲੇ ਗਿਆ ਜੂਨ ਆ ਜਾਣਾ ਅਗਲੇ ਮਹੀਨੇ ਦੀ 21 ਤਰੀਕ ਨੂੰ ਦਿਨ ਵੱਡੇ ਤੋਂ ਵੱਡਾ ਹੋਣਾ ਨਾਰਥ ਪੋਲ ਤੇ ਰਾਤ ਹੋਣੀ ਛੋਟੀ ਸਾਊਥ ਪੋਲ ਤੇ ਦੂਰਟ ਹੋਣਾ ਇਹ ਇਸ ਲੰਬਾਈ ਦੇ ਮੁਤਾਬਕ ਚੱਲ ਰਿਹਾ ਸਭ ਕੁਝ ਇਸ ਸਮੇਂ ਦੇ ਮੁਤਾਬਕ ਹੁਣ ਤੁਹਾਨੂੰ ਸਾਡੀ ਆ ਸਮੱਸਿਆ ਸਮਝ ਆਊਗੀ ਇੱਥੋਂ ਧਰਤੀ ਤੁਰਦੀ ਆ 360 ਡਿਗਰੀ ਦਾ ਚੱਕਰ ਪੂਰਾ ਕਰਕੇ ਇੱਥੇ ਆ ਗਈ ਆ ਇੱਥੇ ਹੀ ਸਾਡਾ ਕੈਲੰਡਰ ਆ ਇੱਕ ਚੇਤ ਰੱਖ ਲਓ ਵਿਸਾਖੀ ਰੱਖ ਲਓ ਦੋਨੇ ਤੁਰ ਪਏ ਆ ਧਰਤੀ ਇੱਥੇ ਆ ਗਈ ਆ ਵਿਸਾਖੀ ਵਾਲੇ ਇੱਥੇ ਨਹੀਂ ਆਈ ਆ ਯਾਰ ਨੁਕਤਾ ਸਮਝਣ ਵਾਲਾ ਵਿਸਾਖੀ ਹਜੇ ਇੱਥੇ ਆ ਜਦ ਤਾਈਂ ਵਿਸਾਖੀ ਨਾ ਇੱਥੇ ਆਉਣਾ ਧਰਤੀ ਨੇ ਇੱਥੇ ਚਲੀ ਜਾਣਾ ਇੱਕ ਸਾਲ ਚੈਨਾ ਦੋ ਚੈਨਾ ਤਿੰਨਾ ਚੈਨਾ ਚੌ ਚੈਨਾ ਇਹ 24 ਮਿੰਟ ਦਾ ਫਰਕ ਆ ਛੋਟੀ ਜੀ ਗੱਲ ਲੱਗਦੀ ਹੋਊ ਤੁਹਾਨੂੰ 1440 ਮਿੰਟ ਹੁੰਦੇ ਆ ਤਕਸੀਮ ਮੁੜ ਕੇ ਫੇਰ ਕਰ ਲੋ 60 ਜਵਾਬ ਹੈ ਆ ਜਾਣਾ 60 ਸਾਲਾਂ ਬਾਅਦ ਇਹ ਇੱਕ ਦਿਨ ਦਾ ਫਰਕ ਪੈ ਜਾਂਦਾ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ 9 ਦਿਨਾਂ ਦਾ ਫਰਕ ਪੈ ਚੁੱਕਾ ਆਹ ਆ ਜੀ ਸਾਡੀ ਸਮੱਸਿਆ ਬਿਲਕੁਲ ਉਹੀ ਸਮੱਸਿਆ ਜਿਹੜੀ ਜੂਲੀਅਨ ਕੈਲੰਡਰ ਚ ਆਈ ਸੀ 16ਵੀਂ ਸਦੀ ਚ ਹੱਲ ਕਰ ਲਈ ਸੀ ਸਿੱਖ 21ਵੀਂ ਸਦੀ ਚ ਲੜੀ ਜਾਂਦੇ ਆ ਧਰਮ ਸਾਡਾ ਵਿਗਿਆਨਕ ਆਸ ਇਹ ਕਰਦੇ ਆ ਵੀ ਸਾਰੀ ਦੁਨੀਆ ਸਾਡਾ ਧਰਮ ਹੋਣਾ ਚਾਹੀਦਾ 1916 ਵਿੱਚ ਸਾਡੀ ਛਲ ਕੀਤੀ ਸੀ 1582 ਦੇ ਵਿੱਚ ਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਆ ਰੱਥ ਫਿਰੇ ਸ਼ਾਇਆ ਤਨ ਤਾਂ ਕੇ ਟਿੰਡ ਲਵੇ ਮੰਜਵਾਰੇ ਜਿਹੜਾ ਰੱਥ ਰੱਥ ਫਿਰੇ ਸ਼ਬਦ ਆ ਇਹਦੇ ਵਿੱਚ ਸਾਲ ਦੀ ਲੰਬਾਈ ਆ ਹੁਣ ਦਿਨ ਵੱਡਾ ਹੋ ਰਿਹਾ ਹਲੇ 20 22 ਦਿਨ ਹੋਰ ਦਿਨ ਵੱਡਾ ਹੋਣਾ ਸਧਾਰਨ ਗੱਲ ਹੈ ਨਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਦਿਨ ਵੱਡਾ ਕਿੱਦਾਂ ਹੁੰਦਾ ਆਪਾਂ ਨੂੰ ਪੜਾਇਆ ਗਿਆ ਕਿ ਸਨਰਾਈਜ਼ ਇਨ ਦਾ ਈਸਟ ਐਂਡ ਸੈਟ ਇਨ ਦਾ ਵੈਸਟ ਇਹੀ ਪੜਾਇਆ ਗਿਆ ਈਸਟ ਕੀ ਚੀਜ਼ ਆ 90 ਡਿਗਰੀ 90 ਡਿਗਰੀ ਤੋਂ ਸੂਰਜ ਸਾਲ ਚ ਦੋਕ ਦਿਨ ਨਹੀਂ ਚੜਦਾ ਉਸ ਤੋਂ ਅਗਲੇ ਦਿਨ ਜਾਂ ਉਹ 89 ਡਿਗਰੀ ਤੋਂ ਚੜੂਗਾ ਜਾਂ 91 ਡਿਗਰੀ ਤੋਂ ਚੜੂਗਾ ਹੁਣ ਸੂਰਜ 90 ਡਿਗਰੀ ਤੋਂ ਚੜਿਆ ਸੀ 21 ਮਾਰਚ ਨੂੰ ਜਦੋਂ ਦਿਨ ਰਾਤ ਬਰਾਬਰ ਹੋਇਆ ਹੁਣ ਸੂਰਜ ਨਾਰਥ ਵੱਲ ਨੂੰ ਜਾ ਰਿਹਾ ਥੋੜਾ ਜਿਹਾ ਪਹਿਲਾਂ ਚੜਦਾ ਬਿਲਕੁਲ ਤੁਸੀਂ ਘਰ ਬੈਠੇ ਆਪਣੇ ਕਿਸੇ ਵੀ ਸੜਕ ਤੇ ਦੋ ਟਰੀਆਂ ਦੀ ਨਿਸ਼ਾਨੀ ਲਾ ਕੇ ਸਵੇਰ ਨੂੰ ਦੇਖ ਲਿਓ ਤੇ ਦੋ ਦਿਨ اٹਕ ਕੇ ਦੇਖ ਲਿਓ ਤੁਹਾਨੂੰ ਆਹ ਦਿਸਣੀ ਆ ਚੀਜ਼ 90 ਤੋਂ ਘਟਦਾ ਘਟਦਾ ਸੂਰਜ ਨੇ ਜੇ ਆਪਾਂ ਉੱਥੇ ਦੀ ਗੱਲ ਕਰੀਏ ਜਿਹੜਾ ਸਟੈਂਡਰਡ ਜਆ ਹੈਗਾ ਆ ਉੱਥੇ 23.5 ਡਿਗਰੀ ਆ ਹੁਣ ਆਪਾਂ ਇੱਥੇ ਆ ਗਏ ਆ ਨਾਰਥ ਪੋਲ ਦੇ ਨੇੜੇ ਜੇ ਹੋਰ ਬੈਂਕੋਬਰ ਸੈਟਲ ਅਲ ਚਲ ਜੀਏ ਉੱਥੇ ਡਿਗਰੀ ਬਦਲ ਜਾਣੀ ਉਹਦੀ ਇੱਥੇ ਵੀ ਇਹਨੇ 59 ਡਿਗਰੀ ਤੱਕ ਜਾਣਾ ਸੂਰਜ ਨੇ 90 ਤੋਂ 59 ਡਿਗਰੀ ਤੇ ਨਾਰਥ ਵੱਲੋਂ 21 ਜੂਨ ਨੂੰ ਸੂਰਜ ਦਿਨ ਵਧਣਾ ਰੁਕ ਜਾਣਾ ਸੂਰਜ ਨੇ ਪਿਛਾਂ ਨੂੰ ਮੁੜ ਪੈਣਾ 60 61 62 ਹੁੰਦੇ ਹੁੰਦੇ ਇੱਕ 21 ਸਤੰਬਰ ਨੂੰ ਮੁੜ ਕੇ ਫੇਰ ਉਹ ਨਾ ਜਾਣਾ 90 ਡਿਗਰੀ ਤੇ ਫੇਰ ਉਹਨਾਂ ਜਾਣਾ ਆਪਣੇ ਨੂੰ ਇੱਧਰ ਨੂੰ ਬੈਸਟ ਨੂੰ ਪੱਛਮ ਨੂੰ ਇਹ ਜਿਹੜਾ ਸੂਰਜ ਦਾ ਦਿਨ ਦਾ ਵਧਣਾ ਘਟਣਾ ਇਹਨੂੰ ਰੱਥ ਫਿਰਨਾ ਕਹਿੰਦੇ ਆ ਬਾਣੀ ਦੇ ਵਿੱਚ ਸ਼ਬਦ ਦੀ ਵਰਤੋਂ ਹੋਈ ਆ ਰੱਥ ਫਿਰੇ ਆਇਆ ਤਨ ਤਾਂ ਕੇ ਟੀਂਡ ਲਵੇ ਮੰਜਬਾਰੇ ਬਾਣੀ ਚ ਰੁੱਤਾਂ ਦਾ ਜ਼ਿਕਰ ਆ 6 ਰੁੱਤਾਂ ਦਾ ਬਹੁਤੀ ਦੁਨੀਆ 4 ਮੰਨਦੀ ਆ ਆਪਣੇ ਦੇਸ਼ਾਂ ਲੋ ਉਧਰ 6 ਮੰਨੀਆਂ ਜਾਂਦੀਆਂ ਬਾਣੀ ਚ ਵੀ 6 ਰੁੱਤਾਂ ਰੁੱਤਾਂ ਇਸ ਧਰਤੀ ਦੇ ਉੱਤੇ ਇਸ ਸਮੇਂ ਦੇ ਮੁਤਾਬਕ ਬਣਦੀਆਂ ਤੇ ਜੇ ਅਸੀਂ ਰੱਥ ਫਿਰਨ ਦੀ ਕਿਰਿਆ ਦੀ ਤਰੀਖ ਗੁਰੂ ਨਾਨਕ ਸਾਹਿਬ ਦੇ ਵੇਲੇ ਜਾ ਕੇ ਲੱਭੀਏ ਹੁਣ ਸਾਧਨ ਬਹੁਤ ਆ ਉਸ ਵੇਲੇ ਰੱਥ 16 ਹਾੜ ਨੂੰ ਫਿਰਦਾ ਸੀ ਜਿੱਦਣ ਸੂਰਜ ਦਾ ਰੱਥ ਫਿਰਦਾ ਉੱਤਰੀ ਭਾਰਤ ਜਿੱਥੋਂ ਆਪਾਂ ਆਉਂ ਆ ਬਰਖਾ ਰੁੱਤ ਦਾ ਆਰੰਭ ਹੁੰਦਾ ਉਸ ਦਿਨ ਰੁੱਤ ਉਦੋਂ ਸ਼ੁਰੂ ਹੁੰਦੀ ਹੈ ਗੁਰਨਾਨਕ ਸਾਹਿਬ ਦੇ ਵੇਲੇ 16 ਹਾੜ ਨੂੰ ਸੀ ਅੱਜ 7 ਹਾੜ ਨੂੰ ਹੋ ਗਿਆ ਨਵਾਂ ਦਿਨਾਂ ਦਾ ਫਰਕ ਪੈ ਚੁੱਕਾ ਐਸ ਸਮੱਸਿਆ ਨੂੰ ਕੋਈ ਬੰਦਾ ਵੀ ਤੁਸੀਂ ਸਾਰੇ ਪੜੇ ਲਿਖੇ ਆ ਜਿੱਥੇ ਤੇ ਸੁਣ ਹੋ ਰਿਹਾ ਸਾਰੇ ਹੁਣ ਜਾਣਦੇ ਆ ਫੋਨ ਤੁਹਾਡੇ ਕੋਲ ਆ ਮੈਨੂੰ ਦਿਦੇ ਪੀ ਆ ਵੀ ਤੁਸੀਂ ਚੈੱਕ ਕਰ ਰਹੇ ਆ ਇਹਨੂੰ ਕਹਿੰਦੇ ਆ ਟ੍ਰੋਪੀਕਲ ਈਅਰ ਜਿਹੜਾ ਅਸੀਂ ਕੈਲੰਡਰ ਵਰਤ ਰਹੇ ਆ ਉਹ ਸਿਰੀਅਲ ਈਅਰ ਹੁਣ ਮੈਂ ਲੱਗਾ ਗੱਲ ਕਰਨ ਸੰਗਰਾਨ ਦੀ ਸੰਗਰਾਨ ਦਾ ਕਹਿੰਦਾ ਜੀ ਬਦਲ ਦਿੱਤੀਆਂ ਬੁਰੇ ਆੜਲੇ ਆ ਜਿਹੜਾ ਕੈਲੰਡਰ ਆ 24 ਮਿੰਟ ਵਾਲਾ ਵੱਧ ਵਾਲਾ ਇਹਨੂੰ ਕਹਿੰਦੇ ਆ ਸੀਰੀਅਲ ਜੀਅਰ ਗਾਹਾਂ ਫੇਰ ਕੈਲੰਡਰਾਂ ਦੇ ਵਿੱਚ ਉਹਨਾਂ ਦੀਆਂ ਕਈ ਕੁੱਝ ਚੱਲਦਾ ਉਧਰ ਨੂੰ ਨਹੀਂ ਜਾਣਾ ਸਮਾਂ ਹੈ ਨਹੀਂ ਇਹਨੂੰ ਕਹਿੰਦੇ ਸੂਰਜੀ ਸਿਧਾਂਤ ਦਾ ਕੈਲੰਡਰ ਗੁਰੂ ਕਾਲ ਵੇਲੇ ਸੂਰਜੀ ਸਿਧਾਂਤ ਦਾ ਕੈਲੰਡਰ ਸੀ 1964 ਦੇ ਵਿੱਚ ਹਿੰਦੂ ਵਿਦਵਾਨਾਂ ਦੇ ਉਹਨਾਂ ਦੇ ਨਵੇਂ ਮੁੰਡੇ ਪੜ੍ਹ ਕੇ ਆ ਗਏ ਪੁਰਾਣਿਆਂ ਨਾਲ ਜਿੱਦਾਂ ਹੁਣ ਆਪਣਣ ਚੱਲਦੀ ਗੱਲ ਅਖੀਰ ਉਹਨਾਂ ਨੂੰ ਮੰਨਣਾ ਪਿਆ ਵੀ ਸਾਡੇ ਸਾਲ ਦੀ ਲੰਬਾਈ ਗਲਤ ਹੈ। ਔਰ 1964 ਚ ਨਹੀਂ ਸਾਲ ਦੀ ਲੰਬਾਈ ਸੋਧ ਦਿੱਤੀ। ਅਸੀਂ ਗੁਰੂਕਾਲ ਵਾਲਾ ਕੈਲੰਡਰ ਛੱਡ ਚੁੱਕੇ ਹਾਂ ਜਿਹੜੇ ਤੁਹਾਨੂੰ ਮੋਸ਼ਨਲ ਕਰ ਲਈ ਕਹਿੰਦੇ ਆ ਇਹ ਗੁਰੂ ਸਾਹਿਬ ਵਾਲਾ ਹੀ ਕੈਲੰਡਰ ਛੱਡ ਗਿਆ ਜੀ। ਸੰਗਤ ਵਾਹਿਗੁਰੂ ਵਾਹਿਗੁਰੂ ਕਰਨ ਲੱਪੈਂਦੀ ਆ। ਮੈਂ ਰੌਂਡ ਫਿਗਰ ਚ ਗੱਲ ਕਰਦਾ ਉਹਦੀ ਲੰਬਾਈ ਜਿਹੜੇ ਹੁਣ ਆ ਇਹਨੂੰ ਕਹਿੰਦੇ ਦ੍ਰਿਗ ਗਣਤ। ਰਾਉਂਡ ਫਿਗਰ ਚ ਗੱਲ ਕਰਦਾ 4 ਮਿੰਟ ਦਾ ਫਰਕ ਆ। ਔਰ ਅੱਜ ਤਿੰਨ ਸੰਗ੍ਰਾਂਦਾਂ ਜਾਂ ਚਾਰ ਸੰਗ੍ਰਾਂਦਾਂ ਬੱਕਰੀਆਂ ਆਉਂਦੀਆਂ ਜਿਹੜੀਆਂ ਉਹ ਪੰਜਾਬੀ ਦਾ ਮੁਹਾਵਰਾ ਵੀ ਅੰਨਿਆਂ ਨੂੰ ਵੀ ਦੀਦੀਆਂ ਜੇ ਅੱਕ ਦੀ 14 ਨੂੰ ਆ ਗਈ ਤਾਂ ਦੂਏ ਦੀ 15 ਨੂੰ ਆ ਗਈ ਦਿਸੂ ਨਾ ਸਾਰਿਆਂ ਨੂੰ। ਪਰ ਸੰਗ੍ਰਾਂਦ ਕੀ ਆ? ਜਦੋਂ ਸੂਰਜ ਨੇ ਅਕ ਰਾਸ਼ੀ ਚੋਂ ਦੂਜੀ ਰਾਸ਼ੀ ਚ ਜਾਣਾ। ਜੇ ਉਹਦੀ ਤਰੀਕ ਨਹੀਂ ਬਦਲੀ। ਜਿਹੜੀ ਕਿ ਸਵੇਰ ਨੂੰ ਸੂਰਜ ਚੜ੍ਹਨ ਵੇਲੇ ਬਦਲਣੀ ਜਾ ਕੇ। ਇੰਨਾ ਘੰਟਿਆਂ ਤੋਂ ਲੈ ਕੇ 24 ਘੰਟਿਆਂ ਦੇ ਦਰਮਿਆਨ ਦਾ ਸਮੇਂ ਦੇ ਵਿੱਚ 12 ਦੀਆਂ 12 ਸੰਗਰਾਂਦਾਂ ਬਖਰੀਆਂ ਆ ਜਿਹੜੇ ਕੰਂਧਿਆ ਸੰਗਰਾਂਦਾਂ ਬਦਲ ਦਿੱਤੀਆਂ ਇਹ ਇਹ ਆਪਣਾ ਬਿਸ਼ਾਨੇ ਤੇ ਜਿਹੜੇ ਕਰਦੇ ਹੈਗੇ ਆ ਪ੍ਰਚਾਰ ਖਿਲਾਫ ਉਹ ਸੰਗਤਾਂ ਦੀ ਅਗਿਆਨਤਾ ਦਾ ਫਾਇਦਾ ਉਠ ਹੁੰਦੇ ਆ ਹੁਣ ਮੈਂ ਲੱਗਾ ਤੀਜਾ ਨੁਕਤਾ ਇਤਿਹਾਸ ਬਦਲ ਦਿੱਤਾ 1699 ਦੀ ਬਸਾਖੀ ਇੱਕ ਬਸਾਖ ਨੂੰ ਸੀਗੀ ਉਹ 1526 57 ਜਮਾ ਉਹਨ ਟਾਈਮ ਵੱਧ ਲੈ ਜਾਣਾ ਜੇ ਉਹ ਨੂੰ ਮੈਂ ਬਿਕਰੀ ਵਿੱਚ ਜਾਵਾਂ ਮੋٹے ਤੌਰ ਤੇ ਗੱਲ ਕਰਦੇ ਆ ਇੱਕ ਬਸਾਖ ਨੂੰ ਸੀਗੀ ਜੀ ਬਸਾਖੀ ਅੱਜ ਵੀ ਇੱਕ ਬਸਾਖ ਨੂੰ ਹੀ ਆ ਨਾਨਕ ਸ਼ਾਹੀ ਕੈਲੰਡਰ ਚ ਵੀ ਇੱਕ ਬਸਾਖ ਨੂੰ ਆ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਚ ਵੀ ਇੱਕ ਬਸਾਖ ਨੂੰ ਆ ਇਤਿਹਾਸ ਬਦਲਿਆ ਜੀ ਕੋਈ ਇਤਿਹਾਸਤਾਨੀ ਨਾ ਬਦਲਿਆ ਹੁਣ ਜੇ ਦੂਜੀ ਤਰੀਕ ਤੇ ਜਿਹਦਾ ਇਹ ਨਹੀਂ ਜ਼ਿਕਰ ਕੀਤਾ ਮੈਂ ਵੀ ਉਹਦਾ ਕਰਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਪ੍ਰਕਾਸ਼ ਹੁੰਦਾ ਹਿੰਦੁਸਤਾਨ ਚ ਜਿਹੜਾ ਕੈਲੰਡਰ ਚੱਲ ਰਿਹਾ ਬਿਕਰਮੀ ਕੈਲੰਡਰ ਉਹਨੂੰ ਕਹਿੰਦੇ ਆ ਲੂਨੀ ਸੋਲਰ ਚੰਦਰ ਸੂਰਜੀ ਬਿਕਰਮੀ ਕੈਲੰਡਰ ਚੰਦ ਦਾ ਤੇ ਸੂਰਜ ਦਾ ਆ ਸੰਗ੍ਰਾਂਦ ਵਾਲੇ ਨੂੰ ਪ੍ਰਵਿਸ਼ਟਾ ਕਹਿੰਨੇ ਆ ਦੋਏ ਦੀ ਬਦੀ ਸੁਦੀ ਆ ਉਸ ਦਿਨ ਦੋ ਤਰੀਕਾ ਸੀਗੀਆਂ ਇਦਾਂ ਵਿਸਾਖੀ ਵਾਲੇ ਦਿਨ ਦੋ ਤਰੀਕਾ ਸੀਗੀਆਂ ਇੱਕ ਸੀ ਇੱਕ ਵਿਸਾਖੀ 26 ਚੇਤ ਸੁਦੀ 9 ਜਦੋਂ ਗੁਰੂ ਗਵੰਦ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਉਸ ਦਿਨ ਸੀ ਪੋ ਸੁਦੀ 7 ਤੇ ਪ੍ਰਵੇਸ਼ਤਾ ਸੀ 23 ਪੋ ਜੇ ਬਸਾਖੀ ਇੱਕ ਬਸਾਖ ਅੱਜ ਵੀ ਇਤਿਹਾਸ ਸਾਡਾ ਸਹੀ ਆ ਉਸ ਦਿਨ ਦੀ 23 ਪੋ ਅਜੇ ਇੱਕ 23 ਪੋ ਰਖ ਲਈ ਤਾਂ ਇਤਿਹਾਸ ਕਿੱਥੋਂ ਵਿਗੜ ਗਿਆ ਮੈਂ ਜਿਹੜੇ ਘਰ ਬੈਠੇ ਸੁਣ ਰਹੇ ਉਹਨਾਂ ਨੂੰ ਸਵਾਲ ਕਰ ਰਿਹਾ ਇਹ 10 ਸਾਲ ਹੋ ਗਏ ਸਾਨੂੰ ਇਹ ਸਵਾਲ ਪੁੱਛਦਿਆਂ ਨੂੰ 12 ਸਾਲ ਹੋ ਗਏ ਜੀਜੀ ਕਰਦਿਆਂ ਨੂੰ ਕਲ ਤਖਤ ਨੂੰ ਧਰਮ ਪ੍ਰਚਾਰ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜੇ ਭਾਈ ਹੱਥ ਜੋੜਿਓ ਤੁਹਾਡੇ ਪ੍ਰਵਾਨ ਨਹੀਂ ਤੇ ਫੇਰ ਸਾਨੂੰ ਐਂਦਾ ਖੜਕੇ ਵੀ ਗੱਲ ਕਰਨੀ ਆਉਂਦੀ ਆ ਮੈਂ ਸੁਨੇਹਾ ਦੇਣਾ ਚਾਹੁੰਨਾ ਉਹਨਾਂ ਨੂੰ ਅੱਜ ਮੈਂ ਬਹੁਤ ਦੁਖੀ ਆ 12 ਸਾਲ ਥੋੜੇ ਨਹੀਂ ਹੁੰਦੇ ਲਗਾਤਾਰ ਇੱਕੋ ਚਿੱਠੀਆਂ ਪਾਈ ਜਾਣੀਆਂ ਕਾਦੇ ਲਈ ਸਬੂਤ ਤਿਆਰ ਕਰਨ ਲਈ ਮੈਂ ਚਿੱਠੀਆਂ ਨਾ ਪਾਈਆਂ ਹੁੰਦੀਆਂ ਮੈਂ ਇਥੇ ਐਂਦਾ ਗੱਲ ਨਹੀਂ ਸੀ ਕਰ ਸਕਣੀ ਅੱਖਾਂ ਚ ਅੱਖ ਪਾ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਬਿਆਨ ਆ ਗਿਆ ਅਖਬਾਰ ਚ ਕਿ ਕੋਈ ਵੀ ਅਕਾਲ ਤਖਤ ਤੇ ਪਹੁੰਚ ਨਾ ਕਰੇ ਪਹੁੰਚ ਕਰਨੀਆਂ ਤੁਸੀਂ ਧਰਮ ਪ੍ਰਚਾਰ ਕਮੇਟੀ ਦੇ ਕੋਲੇ ਮੈਂ ਧਰਮ ਪ੍ਰਚਾਰ ਕਮੇਟੀ ਨੂੰ ਚਿੱਠੀ ਲਖਤੀ ਮਨਜੀਤ ਸਿੰਘ ਬਲ ਸਖਤਰ ਹੁੰਦਾ ਸੀ ਉਸ ਵੇਲੇ ਆ ਜਿਹੜਾ ਬੀੜਾਂ ਦੇ ਮਾਮਲੇ ਚ ਹੁਣ ਸਸਪੈਂਡ ਹੋਇਆ ਮੇਰੇ ਖਿਆਲੋਂ ਫੋਨ ਕੀਤਾ ਬਾਜੀ ਬਾਜੀ ਗੁਰੂਕ ਸਾਹਿਬ ਕਿਰਪਾ ਕਰਨ ਜੀ ਕਿਰਪਾ ਜੀ ਰਾਮਦਾਸ ਜੀ ਦੀ ਜੀ ਕਿਰਪਾ ਹੋ ਜੂ ਜੀ 15 ਦਿਨ ਹੀ ਰਿਮਾਈਂਡਰ ਭੇਜਿਆ ਕੋਈ ਜਵਾਬ ਨਹੀਂ ਪੱਤਰਕਾਰ ਨੇ ਸਵਾਲ ਪੁੱਛਿਆ ਉਹਦੇ ਕੋਈ ਮੰਨਗਾ ਚਿੱਠੀ ਆ ਗਈ ਆ ਸਬ ਕਮੇਟੀ ਕੋ ਚਲੀ ਗਈ ਆ ਕੈਲੰਡਰ ਕਮੇਟੀ ਕੋ ਜਵਾਬ ਤਿਆਰ ਹੋ ਕੇ ਭੇਜਾਂਗੇ ਇਹ ਖਬਰ ਅਖਬਾਰ ਚ ਆ ਗਈ ਮੈਂ ਉਹ ਸੰਭ ਕੇ ਰੱਖੀ ਹੋਈ ਆ ਰੂਪ ਸਿੰਘ ਸਖਤਰ ਸੀ ਮੈਂ ਨਾ ਲੈ ਰਿਆਂ ਦੋ ਚਿੱਠੀਆਂ ਉਹਨੂੰ ਪਾਈਆਂ ਮਹੀਨਾ ਫੇਰ ਲੰਘ ਗਿਆ ਦੋ ਚਿੱਠੀਆਂ ਪਾਈਆਂ ਪ੍ਰਧਾਨ ਨੂੰ ਗੋਵਿੰਦ ਸਿੰਘ ਲੰਗੋਵਾਲ ਨੂੰ ਮੈਂ ਨਾ ਹੋਰ ਲੰਘ ਗਿਆ ਦੋ ਚਿੱਠੀਆਂ ਪਾਈਆਂ ਅਕਾਲ ਤਖਤ ਨੂੰ ਅੱਠ ਹੋ ਗਈਆਂ ਫਿਰ ਨੌਵੀਂ ਖੁੱਲੀ ਚਿੱਠੀ ਲਿਖੀ ਹੁਣ ਅਕਾਲ ਤਖਤ ਨਾਲ ਜਿਹੜਾ ਕਹਿੰਦਾ ਅਕਾਲ ਤਖਤ ਨਾਲ ਜੁੜੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ 12 ਸਾਲ ਹੋ ਗਏ ਜੁੜੇ ਨੂੰ ਉਹਨੇ ਕੀ ਕਦਰ ਪਾਈ ਆ ਮੇਰੀ ਹੁਣ ਥੰਮਲਿਆਂ ਨੂੰ ਜਾ ਕੇ ਜਫੀਆਂ ਪਾ ਲਈ ਜੇ ਉਹ ਤਾਂ ਬਥੇਰਾ ਸਰੀਆ ਸੀਮਿੰਟ ਹੈਗਾ ਉੱਥੇ ਜੇ ਜੇ ਉਹ ਸਾਨੂੰ ਬੰਦੇ ਹੀ ਨਹੀਂ ਸਮਝਦੇ ਮੈਂ ਉਹਨਾਂ ਨੂੰ ਇਹ ਵੀ ਕਹਿ ਚੁੱਕਾ ਭਾਈ ਹੁਣ ਉਹ ਜ਼ਮਾਨਾ ਗਿਆ بس ਸਿਰ ਸੁੱਟ ਕੇ ਪਾਣਾ ਮੰਨ ਲੈਣਗੇ ਨਵੀਂ ਨਵੀਂ ਪੀੜੀ ਨੇ ਸਵਾਲ ਕਰਨੇ ਆ ਜਵਾਬ ਦੇ ਸਕੋਂਗੇ ਤਾਂ ਤੁਹਾਡੇ ਨਾਲ ਜੁੜਨਗੇ ਨਹੀਂ ਉਹ ਬਾਗੀ ਹੋਣਗੇ ਤੁਹਾਡੇ ਤੋਂ ਆ ਕੁਛ ਕੈਲੰਡਰ ਦੇ ਉੱਤੇ ਜਿਹੜਾ ਹੈਗਾ ਹੋਇਆ ਹੈਗਾ ਉਹਨੂੰ ਹੁਣ ਆਪਾਂ ਬਰੀਕੀਆਂ 'ਚ ਨਹੀਂ ਜਾ ਸਕਦੇ ਕਿਉਂਕਿ ਉਹਦਾ ਸਮਾਂ ਹੋ ਰਿਹਾ ਸਮਾਂ ਸੀਮਤ ਹੈ ਸਾਡਾ ਇਸ਼ਾਰੇ ਕਰੀ ਜਾਂਦੇ ਵੀਰ ਮੇਰੇ ਨਹੀਂ ਨਹੀਂ ਤੇ ਇਹ ਜਿਹੜੀਆਂ ਦੋ ਤਿੰਨ ਗੱਲਾਂ ਮੈਂ ਕੀਤੀਆਂ ਵੀ ਜਿਹੜੇ ਜਿਹੜੇ ਪ੍ਰਚਾਰ ਕਰਦੇ ਆ ਵੀ ਬਦਲ ਦਿੱਤਾ ਜਾਂ ਐ ਕਰਤਾ ਜਾਂ ਔ ਕਰਤਾ ਜਿਹੜੇ ਬੰਦੇ ਇਹਦਾ ਵਿਰੋਧ ਕਰਦੇ ਆ ਨਾ ਕੋਈ ਵੀ ਵਿਰੋਧ ਹੋਵੇ 12 ਸਾਲ ਹੋ ਗਏ ਮੈਨੂੰ ਲੱਗੇ ਨੂੰ ਉਹਨਾਂ ਨੂੰ ਕਿਹਾ ਵੀ ਆਓ ਆਪਾਂ ਗੱਲ ਕਰੀਏ ਜੇ ਉਹ ਨਹੀਂ ਕਮੇਟੀ ਬਣਾਉਂਦੇ ਉਹ ਕੁਝ ਨਹੀਂ ਕਰਦੇ ਕਿ ਇੱਥੇ ਆਪਾਂ ਆਪਾਂ ਬੈਠ ਕੇ ਗੱਲ ਨਹੀਂ ਕਰ ਸਕਦੇ ਇਸ ਵਿੱਚ ਹੀ ਕਿਉਂ ਨਹੀਂ ਗੱਲ ਹੁੰਦੀ ਗੱਲ ਇਸ ਲਈ ਨਹੀਂ ਹੁੰਦੀ ਕਿ ਟੇਬਲ ਤੇ ਬੈਠੋਗੇ ਅਗਲਾ ਸਵਾਲ ਕਰੂਗਾ ਜੀ 2 ਜਮਾ 2 ਕਿੰਨੇ ਹੁੰਦੇ ਆ ਫੇ ਮੈਨੂੰ 4 ਹੀ ਕਹਿਣਾ ਪੈਣਾ ਜਾਂ ਮੈਂ 4 ਕਹ ਤਾ ਤੇ ਗੱਲ ਮੁੱਕ ਗਈ ਤਿੰਨ ਚਾਰ ਬੰਦੇ ਆ ਜਿਹੜੇ ਜਿਹੜੇ ਕਹਿੰਦੇ ਆ ਵੀ ਗੱਲ ਮੁੱਕਣੀ ਨਹੀਂ ਚਾਹੀਦੀ ਗੱਲ ਵਿਗਿਆਨਕ ਆ ਏ ਹੁਣ ਤੁਸੀਂ ਦੱਸੋ ਵੀ ਜਿੰਨੀਆਂ ਮੈਂ ਗੱਲਾਂ ਕੀਤੀਆਂ ਇਸ ਚੀਜ਼ ਨੂੰ ਸੇਜ਼ੀਰੀਅਲ ਜੀਅਰ ਤੇ ਟ੍ਰੋਪੀਕਲ ਜੀਅਰ ਤੁਸੀਂ ਪਾ ਲਓ ਤੁਹਾਡੇ ਕੰਪਿਊਟਰ ਨੇ ਦੱਸਣਾ ਫੋਨ ਨੇ ਦੱਸਣਾ ਵੀ 20 ਮਿੰਟਾਂ ਦਾ ਫਰਕ ਆ ਸੀਜ਼ਨ ਟ੍ਰੋਪੀਕਲ ਜੀਅ ਦੇ ਮੁਤਾਬਕ ਬਣਦੇ ਆ ਸੈਜ਼ੀਰੀਅਲ ਜੀਅ ਸਿਫਟ ਹੁੰਦੇ ਆ ਇਹ ਤਾਂ ਪਾ ਮੈਂ ਤੁਸੀਂ ਆ ਸਕੂਲ ਦੀ ਬੱਚੀ ਬੈਠੀ ਆ ਸਾਡੀ ਇੱਥੇ ਇਹਨੂੰ ਪੁੱਛ ਲਓ ਛੋਟੀ ਨੂੰ ਸੋ ਇਹ ਕੁਝ ਗੱਲਾਂ ਹੈਗੀਆਂ ਜਿਨ੍ਹਾਂ ਦੇ ਕਰਕੇ ਕੈਲੰਡਰ ਬਣਾਉਣਾ ਪਿਆ ਨੋਥ ਹੱਥ ਚੱਲਿਆ ਕਿੰਨਾ ਚਿਰ 2010 ਦੇ ਵਿੱਚ ਦੋ ਮੈਂਬਰੀ ਕਮੇਟੀ ਬਣੀ ਸੀਗੀ ਅਕਤੂਬਰ 2009 ਚ ਪਈ ਹਰਨਾਮ ਸਿੰਘ ਤੋਂ ਮਾਂ ਤੇ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਜਿਹਨੇ ਕਿਹਾ ਸੀ ਵੀ ਕਮੇਟੀ ਬਣਾ ਕੇ ਤਾਂ ਕੈਲੰਡਰ ਚ ਸੋਧ ਕਰਨੀਆਂ ਉਸ ਦਿਨ ਮੈਂ ਚਿੱਠੀ ਲਿਖ ਕੇ ਪੁੱਛਿਆ ਸੀ ਇਸ ਵਿਸ਼ੇ ਤੇ ਗਿਆਨੀ ਗਰਬਚਨ ਸਿੰਘ ਦੇ ਨਾਂ ਤੇ ਉੱਤੇ ਚਿੱਠੀ ਪਾ ਕੇ ਵੀ ਦੇਸ਼ ਵਿਦੇਸ਼ ਦੀਆਂ ਕਿਹੜੀਆਂ ਸੰਗਤਾਂ ਨੂੰ ਕੀ ਇਤਰਾਜ਼ ਆ ਜੇ ਤੁਸੀਂ ਬਣਿਆ ਕੈਲੰਡਰ ਬਦਲੀ ਕਰਨ ਲੱਗੇ ਆ ਤੇ ਸਾਨੂੰ ਇਹਨਾਂ ਹੱਕ ਨਹੀਂ ਵੀ ਕਿਸੇ ਨੂੰ ਕੀ ਇਤਰਾਜ਼ ਆ ਅਸੀਂ ਵੀ ਸਿੱਖ ਲਈਏ ਕੁਝ ਹੋ ਸਕਦਾ ਮੈਂ ਜਿੰਨੀਆਂ ਗੱਲਾਂ ਕੀਤੀਆਂ ਸਾਰੀਆਂ ਗਲਤ ਹੋਣ ਜੇ ਮੈਨੂੰ ਦੂਜੀ ਧਰ ਦਾ ਪੱਖ ਮੇਰੇ ਸਾਹਮਣੇ ਆ ਜਾ ਮੈਂ ਲਾਜਬਾ ਵੀ ਹੋ ਜਾ ਉਹਨਾਂ ਦੇ ਮੂਰੇ ਆ ਕੁਝ ਉੱਥੇ ਹੋ ਰਿਹਾ ਔਰ ਹੁਣ ਜੋ ਕੁਝ ਉੱਥੇ ਹੋ ਰਿਹਾ ਆ ਪਿਛਲੇ ਦਿਨਾਂ ਚੋਂ ਜਾਂ ਹੋਰ ਉਹ ਵੀ ਗੱਲ ਗਾਂ ਆਉਣੀ ਆ ਮੈਂ ਦੁਖੀ ਹਿਰਦੇ ਨਾਲ ਤੁਹਾਨੂੰ ਕਹਿਣ ਲੱਗਾ ਵੀ ਸਾਨੂੰ ਉੱਥੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਨਹੀਂ ਹੈਗੀ ਹੁਣ ਇਸੋਂ ਸੰਕੇਰਜ ਇਹ ਵੀ ਦੱਸਦੇ ਹੋ ਕਿ ਕਈ ਵਾਰੀ ਉਹ ਇਦਾਂ ਕਰਦੇ ਕਈ ਦਿਹਾੜੇ ਇਦਾਂ ਦੇ ਹੁੰਦੇ ਆ ਉਹ ਕਹਿੰਦੇ ਫਲਾਣਾ ਦਿਨ ਹੁਣ ਫਲਾਣ ਦਿਨ ਨੂੰ ਮਨਾਓ ਚੱਕ ਦਮ ਇੱਕ ਇਰਾਦ ਕਰਦੇ ਹੋ ਉਹ ਕਿਉਂ ਕਰਦੇ ਅਸੀਂ ਜਿਹੜੇ ਦਿਹਾੜੇ ਮਨਾਉਨੇ ਆ ਕੁਝ ਦਿਹਾੜੇ ਮਨਾਉਨੇ ਆ ਚੰਦ ਦੇ ਕੈਲੰਡਰ ਦੇ ਹਿਸਾਬ ਨਾਲ ਚੰਦ ਦਾ ਕੈਲੰਡਰ ਕੀ ਆ ਸੂਰਜੀ ਕੈਲੰਡਰ ਜਿਹੜਾ ਚੇਤ ਵਿਸਾਖਾ ਸੰਗ੍ਰਾਂਨ ਵਾਲਾ ਉਹ ਜਿੱਦਣ ਸੂਰਜ ਰਾਸ਼ੀ ਚੇਂਜ ਕਰਦਾ ਉਸ ਦਿਨ ਉਹਦਾ ਮਹੀਨਾ ਬਦਲਦਾ ਚੰਦ ਦਾ ਕੈਲੰਡਰ ਕੀ ਆ ਚੰਦ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਇੱਕ ਚੱਕਰ ਇਹ ਪੁੰਨਿਆਂ ਤੋਂ ਪੁੰਨਿਆਂ ਤਾਈਂ ਜਾਂ ਮੱਸਿਆ ਤੋਂ ਮੱਸਿਆ ਤਾਈਂ ਦੋਇ ਤਰਾ ਮਹੀਨਾ ਗਿਣਿਆ ਜਾਂਦਾ ਆਪਾਂ ਜਿੱਥੇ ਕਿਹਾ ਉੱਥੇ ਪੂਰਨਮੰਤਾ ਕਹਿੰਦੇ ਆ ਪੁੰਨਿਆਂ ਤੋਂ ਪੁੰਨਿਆਂ ਤਾਈਂ ਗਿਣਿਆ ਜਾਂਦਾ ਮਹੀਨਾ ਪੁੰਨਿਆਂ ਤੋਂ ਪੁੰਨਿਆਂ ਤਾਈਂ ਗਿਣਿਆ ਜਾਂਦਾ ਸਾਲ ਚੜਦਾ ਆ ਮੱਸਿਆ ਵਾਲੇ ਦਿਨ ਚੇਤ ਦਾ ਅੱਧਾ ਮਹੀਨਾ ਪੁਰਾਣੇ ਚ ਹੁੰਦਾ ਅੱਧਾ ਮਹੀਨਾ ਨਵੇਂ ਚ ਹੁੰਦਾ ਉਹ ਹੁਣ ਸਵਾਲ ਕਰਤਾ ਕਰਕੇ ਆ ਗੱਲਾਂ ਮੈਨੂੰ ਕਰਨੀਆਂ ਪੈਣੀਆਂ ਆ ਕੁਝ ਦਿਹਾੜੇ ਅਸੀਂ ਮਨਾਉਨੇ ਆ ਬਦੀ ਸੁਦੀ ਦੇ ਮੁਤਾਬਕ ਚੰਦ ਦਾ ਮੱਸਿਆ ਤੋਂ ਮੱਸਿਆ ਜਾਂ ਪੁੰਨਿਆਂ ਤੋਂ ਪੁੰਨਿਆਂ ਜਿਹੜਾ ਇੱਕ ਚੱਕਰ ਆ ਇਹਨੂੰ ਸਮਾਂ ਲੱਗਦਾ ਹੁਣ ਇੱਥੇ ਦੇਖ ਲਓ ਤੁਸੀਂ ਫੋਨ ਤੇ ਕੱਢ ਕੇ ਤੁਹਾਨੂੰ ਜਵਾਬ ਮਿਲਣਾ 29.53 ਡੇਸ 6.29 ਦਿਨ ਮਹੀਨੇ ਆ 12 ਤੇ ਸਾਲ ਦੇ ਦਿਨ ਕਿੰਨੇ ਬਣਦੇ ਆ ਜੀ 354 ਉਹਦੇ ਸਾਲ ਦੇ 354 ਦਿਨ ਆ ਸੂਰਜੀ ਸਾਰੇ ਸਾਲਾਂ ਦੇ ਦਿਨ ਹੈਗੇ 365 ਬਾਕੀ ਉਹ 5 ਘੰਟੇ 48 ਮਿੰਟ ਉਹ ਉਹ ਆਪਾਂ ਛੱਡ ਦਿੰਦੇ ਆ ਚੰਦ ਦਾ ਕੈਲੰਡਰ ਸੂਰਜੀ ਕੈਲੰਡਰ ਦੇ ਨਾਲੋਂ 11 ਦਿਨ ਛੋਟਾ ਇੱਕ ਸਾਲ 'ਚ 11 ਦੋਹਾਂ 'ਚ 22 ਤਿੰਨਾਂ 'ਚ 33 ਉਹਨੇ ਪਿੱਛੇ ਰਹੀ ਜਾਣਾ ਹਿਜਰੀ ਕੈਲੰਡਰ ਇਦਾਂ ਚੱਲਦਾ ਆ ਉਹ ਵੀ ਤੁਸੀਂ ਲੱਭ ਸਕਦੇ ਹੋ ਹਿਜਰੀ ਕੈਲੰਡਰ ਕੀ ਆ ਜਦੋਂ ਦੋ ਸਾਲਾਂ 'ਚ ਪਿੱਛੇ ਰਹਿ ਗਿਆ 22 ਦਿਨ ਤਿੰਨਾਂ 'ਚ 33 ਉਹ ਸੰਗ੍ਰਾਂਦ ਨਾਲ ਉਹਨਾਂ ਦੇ ਫਾਰਮੂਲੇ ਹੁੰਦੇ ਆ ਉਹਨਾਂ ਨੇ ਉਹਦੇ ਚੱਕ ਹੋਰ ਮਹੀਨਾ ਪਾ ਦੇਣਾ ਬਹੁਤ ਸੋਹਣਾ ਸਵਾਲ ਪੁੱਛਿਆ ਹੁਣ ਗੱਲ ਮੇਰੀ ਧਿਆਨ ਨਾਲ ਸੁਣਿਓ ਜਿਹੜੀ ਮੈਂ ਹੁਣ ਕਰਨ ਲੱਗਾ ਮੈਂ ਸਮੇਂ ਦੇ ਕਰਕੇ ਉਹ ਕਰਨੀ ਨਹੀਂ ਸੀ ਉਹਦੇ ਚੱਕ ਹੋਰ ਮਹੀਨਾ ਪਾ ਦੇਣਾ ਮਹੀਨਾ ਨੇ ਹੁੰਦੇ ਆ ਦੋ ਪੱਖ ਇੱਕ ਇੱਕ ਬਦੀ ਵਾਲਾ ਇੱਕ ਸੁਦੀ ਵਾਲਾ ਬਦੀ ਜਦੋਂ ਚੰਦ ਘਟਦਾ ਜਾਂਦਾ ਸੁਦੀ ਜਦੋਂ ਵੱਧਦਾ ਜਾਂਦਾ ਆ ਪ੍ਰਾਣੇ ਸਾਡੇ ਬੈਠੇ ਆ ਸੱਜਣ ਵੀ ਤੇ ਇਧਰ ਮੋਰੇ ਵੀ ਮਾਤਾ ਜੀ ਬੈਠੇ ਆ ਇਹ ਇਹ ਇਹਨਾਂ ਤਰੀਕਾਂ 'ਚ ਗਿਣਦੇ ਹੁੰਦਾ ਸੀ ਜਨਵਰੀ ਫਰਵਰੀ ਤਾਂ ਆਪਣੇ ਦੇਖਦੇ ਆ ਤੇ ਆਈਆਂ ਉਹ ਜਿਹੜਾ ਮਹੀਨਾ ਪਾਉਣਾ ਆ ਪਹਿਲੇ ਇੱਕ ਨਾਂ ਦੇ ਦੋ ਮਹੀਨੇ ਆਉਣੇ ਅਗਲੇ ਸਾਲ ਆ ਜਾਣਾ ਫੇਰੇ ਉਹ ਮਹੀਨਾ ਉਹਨੀਆਂ ਸਾਲਾਂ 'ਚ 7 ਮਹੀਨੇ ਆਉਂਦੇ ਉਹ ਪਹਿਲੇ ਮਹੀਨੇ ਦਾ ਪਹਿਲਾ ਅੱਧ ਚੰਗਾ ਪਹਿਲੇ ਮਹੀਨੇ ਦਾ ਦੂਜਾ ਅੱਧ ਮਾੜਾ ਦੂਜੇ ਮਹੀਨੇ ਦਾ ਪਹਿਲਾ ਅੱਧ ਮਾੜਾ ਦੂਜਾ ਅੱਧ ਚੰਗਾ ਚਾਰ ਪੱਖਾਂ ਚੋ ਵਿਚਾਰ ਲੈ ਦੋ ਪੱਖ ਮਾੜੇ ਲਓ ਜੀ ਮੈਂ ਹੁਣ ਤੁਹਾਨੂੰ ਸਵਾਲ ਪੁੱਛਣ ਲੱਗਾ ਤੁਹਾਡੇ ਰਾਹੀਂ ਉਹਨਾਂ ਨੂੰ ਪੁੱਛਣ ਲੱਗਾ ਇੱਕ ਅਗਾਲ ਪੁਰਖ ਨੂੰ ਮੰਨਣ ਵਾਲਿਆਂ ਨੂੰ ਉਸ ਕਲੰਡਰ ਚ 30 ਦਿਨ ਮਾੜੇ ਆਉਂਦੇ ਆ ਮਲਮਾਸ ਸ਼ਬਦ ਆ ਉਹਦਾ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ ਕਿਹੜਾ ਗੁਰਮਤ ਦਾ ਸੂਲ ਲਾਗੂ ਹੁੰਦਾ ਜੀ ਇੱਥੇ ਹੈ ਕੋਈ ਕੋਈ ਗੁਰਮਤ ਦੀ ਗੱਲ ਸਾਡੀ ਬਾਣੀ ਚ ਰੁੱਤਾਂ ਦਾ ਜ਼ਿਕਰ ਹੈ ਕਲੰਡਰ ਅਸੀਂ ਰਾਸ਼ੀਆਂ ਆਲਾ ਮੰਨ ਰਹੇ ਆ ਕੀ ਮੇਲਿਆ ਜੀ ਤੁਹਾਡੇ ਚ ਕੋਹਣ ਰਾਸ਼ੀਆਂ 'ਚ ਵਿਸ਼ਵਾਸ ਰੱਖਦਾ ਹੁਣ ਜਿਹੜਾ ਇਹ ਨਹੀਂ ਸਵਾਲ ਕੀਤਾ ਜਦੋਂ 11 ਦਿਨ ਘਟ ਗਿਆ ਉਹ ਜਿਹੜਾ ਦਿਹਾੜਾ ਅੱਜ 20 ਤਰੀਕ ਨੂੰ ਆ ਫਰਜ਼ ਕਰੋ ਐਗਜ਼ਾਮਪਲ ਆ ਉਹ 11 ਦਿਨ ਪਹਿਲਾਂ ਆਉਣਾ ਅਗਲੇ ਸਾਲ ਹਿਜਰੀ ਕੈਲੰਡਰ 'ਚ ਤਾਂ ਆਉਂਦਾ ਹਰ ਸਾਲ 11 ਦਿਨ ਪਹਿਲਾਂ ਹੀ ਜਾਣਾ ਉਹਨੇ ਸਾਡੇ ਕੀ ਹੋਇਆ 11 ਦਿਨ ਪਹਿਲਾਂ ਆਊਗਾ 11 ਦਿਨ ਫੇਰ ਪਹਿਲਾਂ ਆਊਗਾ ਫੇਰ ਆ ਜਾਣਾ ਉਹਦੇ ਚ ਮਲ ਮਾਸ 30 ਦਿਨ ਮਾੜੇ ਆ ਜਾਣੇ ਉਹਨਾਂ 'ਚ ਕੋਈ ਕੰਮ ਨਹੀਂ ਕਰਨਾ ਅਕਲ ਦਾ ਜਿਹੜਾ ਸਾਲ ਦੇ 30 ਦਿਨ ਵੱਧ ਗਏ ਉਹਦੇ ਜਿਹੜੇ 354 ਸੀ ਹੁਣ 384 ਹੋਗਾ ਜਾਂ 85 ਬਣ ਜਾਣੇ ਉਹਦੇ ਹੁਣ ਉਹ ਇੱਕ ਮਹੀਨਾ ਲੇਟ ਚੱਲਿਆ ਜਾਣਾ ਉਹ ਗੁਰਪੁਰਬ ਲਓ ਜੀ ਇਹ 'ਚ ਗੁਰਮਤਾਲੀ ਕਿਹੜੀ ਗੱਲ ਆ ਕਿੱਡਾ ਕੱਲ ਜਬਰੇ ਦਾ ਸਵਾਲ ਆ ਹੁਣ ਜੇ ਜੇ ਤੁਸੀਂ ਇਮਾਨਦਾਰੀ ਨਾਲ ਸੋਚੋ ਮੇਰੇ ਕੋਲ ਕੋਈ ਰੀਜਨ ਨਹੀਂ ਹੈ ਵੀ ਮੈਂ ਤੁਹਾਨੂੰ ਗਮਰਾਹ ਕਰਾਂ ਕਿਉਂਕਿ ਮੈਨੂੰ ਇੱਕ ਮਿੰਟ ਨਹੀਂ ਲੱਗਣਾ ਜੇ ਤੁਸੀਂ ਮੇਰੇ ਝੂਠ ਫੜ ਲੈਣੇ ਆ ਮੈਂ ਰੋਜ਼ ਫੜਦਾ ਆ ਜਿਹੜੇ ਜਿਹੜੇ ਤਿੰਨ ਚਾਰ ਬੰਦੇ ਹੈਗੇ ਉਹਨਾਂ ਦੇ ਫੜ ਲੈਣਾ ਮੈਂ ਝੱਟ ਆ ਸਾਰਿਆਂ ਦੇ ਕੋਲ ਫੋਨ ਆ ਤੁਸੀਂ ਹੁਣੇ ਮੇਰਾ ਝੂਠ ਫੜ ਲੈਣਾ ਬਈ ਅਸਲ ਗੱਲ ਤਾਂ ਆ ਆ ਉਹ ਕਾਰਨ ਆ ਜੀ ਤੁਹਾਡੇ ਸਵਾਲ ਦਾ ਪਹਿਲਾਂ ਇੱਕ ਦਿਨ 11 ਦਿਨ ਪਹਿਲਾਂ ਆ ਜਾਣਾ ਫੇਰ 11 ਦਿਨ ਪਹਿਲਾਂ ਆ ਜਾਣਾ ਤੇ ਅਗਲੇ ਸਾਲ ਮਹੀਨਾ ਵਿੱਚ ਉਹਦੇ ਹੋਰ ਪਹਿ ਜਾਣਾ ਫਿਰ ਉਹ ਤਾਂ 1585 ਹੋ ਜਾਣੇ ਆ ਫਿਰ ਉਹਨੇ 18 19 ਦਿਨ ਲੇਟ ਆਉਣਾ ਆ ਜਾ ਕੇ ਜੇ ਕਿਸੇ ਦਾ ਹੋਰ ਸਵਾਲ ਹੈਗਾ ਤੇ ਉਹ ਦੱਸ ਦਿਓ ਆਪਸ ਬਹੁਤ ਸੰਖੇਪ ਚ ਕਰ ਸਕਦੇ ਆ ਸੋ ਇਹਨਾਂ ਕਾਰਨਾਂ ਦੇ ਕਰਕੇ 1912 ਤੋਂ ਲੈ ਕੇ ਦੇਖ ਲਓ ਵੀ ਜਾਦੀ ਇਹ ਬਣਾਉਣਾ ਕਿਸੇ ਦੇ ਖਾਲਾ ਜੀ ਦਾ ਬਾੜਾ ਨਹੀਂ ਹੈ ਜਿਹੜੀ ਆ ਸਾਇੰਸ ਆ ਨਾ ਕੈਲੰਡਰ ਦੀ ਹੁਣ ਕੰਪਿਊਟਰ ਆ ਗਿਆ ਪੂਰੇ ਆੜ ਨੇ 1984 ਅ 883 ਦੇ ਵਿੱਚ ਸੌਫਟਵੇਅਰ ਤਿਆਰ ਕਰ ਲਿਆ ਸੀ ਆ ਉਹਨਾਂ ਦੀਆਂ ਕਿਤਾਬਾਂ ਪੜ੍ਹ-ਪੜ੍ਹ ਕੇ ਜਿਹੜੇ ਅੱਜ ਕਹਿੰਦੇ ਆ ਵੀ ਆ ਐਸ.ਸੀ.ਡੀ ਤੋਂ ਨਕਲ ਮਾਰ ਕੇ ਕੈਲੰਡਰ ਬਣਾ ਲਿਆ ਉਹ 2000 ਚਾਉਂਦੀ ਆ ਸੀ.ਡੀ. ਕੈਮਬ੍ਰਿਜ ਯੂਨੀਵਰਸਿਟੀ ਦੀ ਕਿਤਾਬ ਆ ਕੈਲੈਂਡਰਿਕਲ ਕੈਲਕੂਲੇਸ਼ਨ ਉਹ ਮੈਮ ਵੀ ਉਹੀ ਸੌਫਟਵੇਅਰ ਵਰਤਦਾ ਤਾਂ ਤਰੀਕਾ ਝੱਟ ਲੱਭ ਲਈ ਦੀਆਂ ਉਹ ਚੋਂ ਜਿਹਨੂੰ ਇਸ ਗੱਲ ਦਾ ਪਤਾ ਹੋਊਗਾ ਜਿਹਨੂੰ ਇਸ ਗੱਲ ਦੀ ਸਮਝ ਹੋਊਗੀ ਹੁਣ ਉਹ ਡਾਕਟਰ ਸਾਹਿਬ ਬੈਠੇ ਆ ਉਹ 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 ਮੇਰੇ ਦੇਖ ਰਹੇ ਹੋਣੇ ਆ ਮੈਨੂੰ ਵੀ ਮਹਿਸੂਸ ਹੋ ਰਿਹਾ ਵੀ ਮੈਂ ਉੱਚੀ ਬੋਲ ਰਿਆਂ ਉਹਨੇ ਅੰਦਾਜ਼ਾ ਲਾ ਲੈਣਾ ਵੀ ਬੰਦੇ ਨੂੰ ਵੀ ਕੀ ਪ੍ਰੋਬਲਮ ਆ ਤੁਸੀਂ ਤਾਂ ਕਹਿੰਦੇ ਹੋਣੇ ਬਹੁਤ ਜੋਸ਼ ਚ ਬੋਲਦਾ ਬੰਦਾ ਢਾਡੀਆਂ ਵਾਂਗੂ ਉਹਨੇ ਹੋਰ ਤਰ੍ਹਾਂ ਸੋਚਣਾ ਸਾਰੇ ਤਾਂ ਨਹੀਂ ਇੱਦਾਂ ਸੋਚ ਸਕਦੇ 1912 ਦੀ ਸਮੱਸਿਆ ਲਖਤੀ ਰੂਪ ਚ ਸਾਡੇ ਸਾਹਮਣੇ ਆਈ ਆ ਪਾਲ ਸਿੰਘ ਪੁਰੇਵਾਲਿਆਂ ਦਾ ਹੱਲ ਕੀਤਾ 1991 ਤੋਂ ਲੈ ਕੇ 2003 ਤੱਕ ਸੱਖ ਰਹਿਤ ਮਰਜ਼ਾਦਾ ਤੋਂ ਬਾਅਦ ਪਹਿਲਾ ਮਸਲਾ ਆ ਸਾਡੇ ਇਹ ਜਿਹਦੇ ਉੱਤੇ 10-12 ਸਾਲ ਵਿਦਵਾਨਾਂ ਦੀਆਂ ਮੀਟਿੰਗਾਂ ਹੋਈਆਂ ਰਿਕਾਰਡ ਆ ਟਾਈਮਲਾਈਨ ਪੂਰੀ ਮਿਲਦੀ ਸਾਨੂੰ ਅੱਜ ਯੂਨੀਵਰਸਿਟੀਆਂ ਦੇ ਵਿੱਚ ਸੈਮੀਨਾਰ ਹੋਏ ਆ ਜਿੱਦਾਂ ਹੁਣ ਆਪਾਂ ਕਰ ਰਹੇ ਆ ਫੇਰ ਜਾ ਕੇ ਇਹ ਲਾਗੂ ਹੋਇਆ ਸੀ ਤੇ ਦੋ ਬੰਦਿਆਂ ਦੋ ਵਿਦਵਾਨਾਂ ਦੀ ਕਮੇਟੀ ਨੇ ਹਰਨਾਮ ਸਿੰਘ ਧੰਮੇ ਨੇ ਤੇ ਅਵਤਾਰ ਸਿੰਘ ਮੱਕਣ ਨੇ ਇਹਨੂੰ ਰੱਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਸੀ ਹੁਣ ਫੈਸਲਾ ਤੁਸੀਂ ਕਰ ਲਓ ਵੀ ਆ ਕੈਲੰਡਰ ਦੀ ਸਾਇੰਸ ਕਿੱਥੇ ਆ ਤੇ ਉਹ ਦੋ ਬੰਦਿਆਂ ਦੀ ਜਿਹੜੀ ਕਮੇਟੀ ਸੀ ਉਹ ਕਿੱਥੇ ਆ ਤੁਸੀਂ ਮੇਰੇ ਨਾਲ ਉਹਨਾਂ ਨੂੰ ਵੱਧ ਜਾਣਦੇ ਆ ਤੋ ਇਹ ਕੁਝ ਗੱਲਾਂ ਜਿਹੜੀਆਂ ਸਿੱਗੀਆਂ ਅੱਛਾ 1 ਸਕਿੰਟ ਮੈਂ ਹੋਰ ਬੇਨਤੀ ਕਰਦਿਆਂ ਜਿਹੜੀ ਮੈਂ ਬੇਨਤੀ ਕੀਤੀ ਆ ਸੂਰਜੀ ਸਿਧਾਂਤ ਨੂੰ ਛੱਡ ਕੇ 1964 ਦੇ ਵਿੱਚ ਬਦਲੀ ਕੀਤਾ ਉਹ ਦ੍ਰਿਗਣਤ ਆ ਜਿਹੜੇ ਕਹਿੰਦੇ ਆ ਗੁਰੂ ਸਾਹਿਬ ਵਾਲਾ ਕੈਲੰਡਰ ਨਹੀਂ ਛੱਡਣਾ ਉਹਨਾਂ ਨੂੰ ਮੈਂ ਸਟੇਜ ਤੋਂ ਸੁਨੇਹਾ ਦੇਣਾ ਚਾਹੁੰਨਾ ਬਸ ਚਲੋ ਫਿਰ ਪਿਛਲੇ ਤੇ 1964 ਵਾਲੇ ਤੋਂ ਪਹਿਲਾਂ ਉਹਨੂੰ ਕਹਿੰਦੇ ਆ ਟੈਕਨੀਕਲ ਭਾਸ਼ਾ ਸੂਰਜੀ ਸਿਧਾਂਤ ਜਾਂ ਤੇ ਸੂਰਜੀ ਸਿਧਾਂਤ ਤੇ ਚਲੇ ਜਾਓ ਜਾਂ ਫਿਰ ਨਵੇਂ ਤੇ ਆ ਜਾਓ ਵਿਚਾਲੇ ਵਾਲਾ ਤਾਂ ਸਾਨੂੰ ਵੀ ਪ੍ਰਵਾਨ ਨਹੀਂ ਹੈਗਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀ ਆਪਣੇ ਚ ਡਾਕਟਰ ਸਵੈਮਾਨ ਸਿੰਘ ਤੇ ਸਾਡੇ ਅਮੋਲਕ ਸਿੰਘ ਵੀਰ ਦੋਨੇ ਆ ਚੁੱਕੇ ਆ ਸੋ ਭਾਜੀ ਨੇ ਸਰਬਜੀਤ ਨੇ ਅਸੀਂ ਬੜੇ ਨੁਕਤੇ ਸਿੱਖੀਦੇ ਆ ਨਾ ਤੋਂ ਕੈਲੰਡਰ ਦੇ ਜਿਨੀ ਵੀ ਜਾਣਕਾਰੀ ਆ ਜਦੋਂ ਅਸੀਂ ਕਿਹਾ ਦਸਮ ਪਾਤਸ਼ਾਹ ਦਾ ਜਨਮ ਦਿਨ ਹੈ ਤਾਂ ਝਟ ਗਈਦਾ 23 ਪੋ 5 ਜਨਵਰੀ ਹਰ ਇੱਕ ਬੰਦੇ ਨੂੰ ਇਹ ਸਮਝ ਆ ਜਾਣੀ ਆ ਵੀ 23 ਪੋ 5 ਜਨਵਰੀ ਹਮੇਸ਼ਾ ਇਦਾਂ ਹੀ ਹੋਣੀ ਆ ਜਦੋਂ ਵਿਸਾਖੀ ਦੀ ਗੱਲ ਕਰਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦੀ ਗੱਲ ਕਰਾਂਗੇ ਇੱਕ ਵਿਸਾਖ 14 ਅਪ੍ਰੈਲ ਹਮੇਸ਼ਾ ਬਾਬੇ ਨਾਨਕ ਦਾ ਜਨਮ ਦਿਨ 1 ਅਪ੍ਰੈਲ 14 ਵਿਸਾਖ 14 ਅਪ੍ਰੈਲ ਇੱਕ ਵਿਸਾਖ ਨੂੰ ਹੀ ਆਊਗਾ